ਜੋ 2015 ਦਾ ਜੋ ਝੂਠਾ ਕੇਸ ਮੇਰੇ ਫਾਦਰ ਤੇ ਐਨਡੀਪੀਐਸ ਦਾ ਪਾਇਆ ਗਿਆ ਸੀ ਬਾਦਲ ਸਰਕਾਰ ਵੱਲੋਂ, ਇਹ ਇੱਕ ਅੱਜ ਉਹਦਾ ਹੀ ਆਊਟਕਮ ਹੈ। ਉਸੇ ਬੇਬੁਨਿਆਦ ਕੇਸ ਵਿੱਚ ਮੇਰੇ ਫਾਦਰ ਨੂੰ ਅੱਜ ਅਰੈਸਟ ਕੀਤਾ ਗਿਆ। ਇਹ ਉਹੀ ਕੇਸ ਹੈ ਐਨਡੀਪੀਐਸ ਦਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ। 2015 ਵਿੱਚ ਸਾਡੇ ਹਲਕੇ ਦਾ ਇੱਕ ਇਨਸਾਨ ਫੜਿਆ ਗਿਆ ਸੀ, ਉਹਦੇ ਉਹਨੂੰ ਪੁਲਿਸ ਕਸਟਡੀ ਵਿੱਚ ਉਹਦਾ ਉੱਤੋਂ ਸਾਡਾ ਮੇਰੇ ਫਾਦਰ ਦਾ ਨਾਮ ਲਿਆ ਗਿਆ, ਲਵਾਇਆ ਗਿਆ। ਮੇਰੇ ਫਾਦਰ ਤਾਂ ਵਿਸਲ ਬਲੋਅਰ ਹੈ ਯਾਰ, ਅਸੀਂ ਤਾਂ ਲੋਕਾਂ ਦੇ ਹੱਕ ਵਿੱਚ ਲੜਾਈ ਲੜੀ ਹੈ। ਇਹ ਇਹ ਨਤੀਜਾ ਹੈ, ਇਹ ਨਤੀਜਾ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹਨਾਂ ਦਾ ਵਿਰੋਧ ਕਰਨ ਦਾ। ਪਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਇੱਦਾਂ ਹੀ ਲੜਾਈ ਲੜਦੇ ਰਵਾਂਗੇ। ਮੈਨੂੰ ਜਾਂ ਮੇਰੇ ਫਾਦਰ ਨੂੰ ਤੁਸੀਂ ਅੱਜ ਦੇਖਿਆ, ਸਾਨੂੰ ਕੋਈ ਡਰ ਨਹੀਂ, ਕਿਸੇ ਦਾ ਖੌਫ ਨਹੀਂ ਹੈ। ਸਾਡੀ ਮੇਰੇ ਫਾਦਰ ਦੀ ਆਵਾਜ਼ ਇੱਦਾਂ ਹੀ ਬੁਲੰਦ ਰਹੂਗੀ, ਅਸੀਂ ਇੱਦਾਂ ਹੀ ਲੜਾਈ ਲੜਦੇ ਰਵਾਂਗੇ। ਜੇ ਤੁਸੀਂ ਮਨੀ ਲਾਂਡਰਿੰਗ ਕਰ ਰਹੇ ਹੋ, ਸਾਡੇ ਕੋਲ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਹੈ, ਰੁਪਏ ਦਾ ਪੈਸੇ ਦਾ ਹਿਸਾਬ ਹੈ। ਮੇਰੇ ਫਾਦਰ ਨੇ ਲੜਾਈ ਲੜੀ ਹੈ ਲੋਕਾਂ ਵਾਸਤੇ, ਵਿਸਲ ਬਲੋਅਰ ਹੈ। ਅਸੀਂ ਤਾਂ ਕਿਸੇ ਚੋਰ ਕੋਈ ਠੱਗ ਜਾਂ ਪੈਸਾ ਇਕੱਠਾ ਕਰਨਾ ਹੁੰਦਾ, ਮੇਰੀ ਫੈਮਿਲੀ 50 ਸਾਲਾਂ ਵਾਸਤੇ ਪਬਲਿਕ ਲਾਈਫ 'ਚ ਨਾ ਰਹਿ ਪੈਂਦੀ। ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਖਹਿਰਾ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਖਹਿਰਾ ਨੂੰ ਇੱਕ ਦਿਨ ਦੇ ਰਿਮਾਂਡ 'ਤੇ ਭੇਜਿਆ। ਹਾਲਾਂਕਿ ਈਡੀ ਵੱਲੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਕੋਰਟ ਨੇ ਕੇਵਲ ਇੱਕ ਦਿਨ ਦਾ ਰਿਮਾਂਡ ਹੀ ਦਿੱਤਾ। ਕੋਰਟ ਤੋਂ ਬਾਅਦ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਨੇ ਕਿਹਾ ਕਿ ਮੇਰੇ ਪਿਤਾ ਨੂੰ ਬੇਬੁਨਿਆਦ ਹੀ ਗ੍ਰਿਫਤਾਰ ਕੀਤਾ ਗਿਆ, ਮੇਰੇ ਪਿਤਾ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਹੈ। ਜੋ 2015 ਦਾ ਜੋ ਝੂਠਾ ਕੇਸ ਮੇਰੇ ਫਾਦਰ 'ਤੇ ਐਨਡੀਪੀਐਸ ਦਾ ਪਾਇਆ ਗਿਆ ਸੀ ਬਾਦਲ ਸਰਕਾਰ ਵੱਲੋਂ, ਇਹ ਇੱਕ ਅੱਜ ਉਹਦਾ ਹੀ ਆਊਟਕਮ ਹੈ। ਉਸੇ ਬੇਬੁਨਿਆਦ ਕੇਸ ਵਿੱਚ ਮੇਰੇ ਫਾਦਰ ਨੂੰ ਅੱਜ ਅਰੈਸਟ ਕੀਤਾ ਗਿਆ। ਤੁਹਾਡੇ ਸਾਹਮਣੇ ਅੱਜ ਰਾਤ ਨੂੰ ਕਰੀਬ 11 ਵਜੇ ਇਹਨਾਂ ਨੂੰ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਮਾਨਯੋਗ ਕੋਰਟ ਵੱਲੋਂ। ਮੈਂ ਧੰਨਵਾਦੀ ਹਾਂ ਉਸ ਕੋਰਟ ਦਾ ਜਿਹਨਾਂ ਨੇ ਅੱਜ ਦੇਖਿਆ ਕਿ ਇਹਨਾਂ ਦੇ ਕੇਸ ਵਿੱਚ ਕੋਈ ਐਸੀ ਕੋਈ ਦਮ ਨਹੀਂ ਸੀਗਾ, ਇਸ ਕਰਕੇ 14 ਦਿਨ ਦਾ ਰਿਮਾਂਡ ਮੰਗਦੇ ਹੋਏ ਉਹਨਾਂ ਨੇ ਇੱਕ ਦਿਨ ਦਾ ਰਿਮਾਂਡ ਦਿੱਤਾ। ਅਸੀਂ ਇਹ ਉਹੀ ਕੇਸ ਹੈ ਐਨਡੀਪੀਐਸ ਦਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ। 2015 ਵਿੱਚ ਸਾਡੇ ਹਲਕੇ ਦਾ ਇੱਕ ਇਨਸਾਨ ਫੜਿਆ ਗਿਆ ਸੀ, ਉਹਨੂੰ ਪੁਲਿਸ ਕਸਟਡੀ ਵਿੱਚ ਉਹਦਾ ਉੱਤੋਂ ਸਾਡਾ ਮੇਰੇ ਫਾਦਰ ਦਾ ਨਾਮ ਲਿਆ ਗਿਆ, ਲਵਾਇਆ ਗਿਆ। ਔਰ ਅੱਜ ਉਸੇ ਕੇਸ ਦੇ ਵਿੱਚੋਂ ਸਾਨੂੰ ਮੇਰੇ ਫਾਦਰ ਨੂੰ ਅੱਜ ਅਰੈਸਟ ਕੀਤਾ ਗਿਆ। ਅਸੀਂ ਇਹ ਕਾਨੂੰਨੀ ਲੜਾਈ ਹੈ ਜੋ ਕਚਹਿਰੀਆਂ ਦੀ ਲੜਾਈ ਹੈ, ਮੈਂ ਅਤੇ ਮੇਰੇ ਸਾਥੀ ਹਮੇਸ਼ਾ ਲੜਾਂਗੇ। ਮੇਰੇ ਫਾਦਰ ਤਾਂ ਵਿਸਲ ਬਲੋਅਰ ਹੈ ਯਾਰ, ਅਸੀਂ ਤਾਂ ਲੋਕਾਂ ਦੇ ਹੱਕ ਵਿੱਚ ਲੜਾਈ ਲੜੀ ਹੈ। ਇਹ ਨਤੀਜਾ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹਨਾਂ ਦਾ ਵਿਰੋਧ ਕਰਨ ਦਾ। ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸ਼ਹੀਦ ਨਵਰੀਤ ਸਿੰਘ ਡਿਬਡਬਾ, ਉਹਨਾਂ ਦੀ ਮੌਤ ਦਾ ਕਿੱਸਾ ਜੋ ਹੈ ਜਾਂ ਉਹਨਾਂ ਦੀ ਮੌਤ ਦਾ ਜੋ ਸਿਲਸਿਲਾ ਸੀ ਉਹ ਹਾਈਕੋਰਟ ਤੱਕ ਲੈ ਕੇ ਗਏ ਮੇਰੇ ਫਾਦਰ, ਇਹ ਉਸ ਗੱਲ ਦਾ ਨਤੀਜਾ ਹੈ ਜੋ ਮੇਰੇ ਫਾਦਰ ਨੇ ਯੂਆਪਾ ਵਰਗੇ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ, ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ 'ਚੋਂ ਕਢਵਾਇਆ, ਇਹ ਉਹਦਾ ਨਤੀਜਾ ਹੈ। BSF ਦੇ ਖਿਲਾਫ ਆਵਾਜ਼ ਚੁੱਕ ਕੇ ਪੰਜਾਬ ਅਤੇ ਪੰਜਾਬ ਦੀ ਜੋ ਜ਼ਮੀਨ ਹੈ ਉਹਨੂੰ ਬਚਾਉਣ ਵਾਸਤੇ, ਇਹ ਉਹਦਾ ਨਤੀਜਾ ਹੈ। ਸੋ ਮੈਨੂੰ ਚਲੋ ਇਹ ਜ਼ਿੰਦਗੀ ਦਾ ਸ਼ਾਇਦ ਇੱਕ ਹਿੱਸਾ ਹੈ, ਸਾਰਿਆਂ ਨੇ ਉਤਾਰ ਚੜਾਅ ਦੇਖਣਾ ਹੁੰਦਾ, ਪਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਇੱਦਾਂ ਹੀ ਲੜਾਈ ਲੜਦੇ ਰਵਾਂਗੇ। ਮੈਨੂੰ ਜਾਂ ਮੇਰੇ ਫਾਦਰ ਨੂੰ ਤੁਸੀਂ ਅੱਜ ਦੇਖਿਆ, ਸਾਨੂੰ ਕੋਈ ਡਰ ਨਹੀਂ, ਕਿਸੇ ਦਾ ਖੌਫ ਨਹੀਂ ਹੈ। ਸਾਡੀ ਮੇਰੇ ਫਾਦਰ ਦੀ ਆਵਾਜ਼ ਇੱਦਾਂ ਹੀ ਬੁਲੰਦ ਰਹੂਗੀ, ਅਸੀਂ ਇੱਦਾਂ ਹੀ ਲੜਾਈ ਲੜਦੇ ਰਵਾਂ। ਪਰ ਮਹਿਤਾਬ, ਜਿਵੇਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਕੁਛ ED ਨੇ ਵੀ ਆਪਦੇ ਰੱਖੀ ਹੋਣੀ ਅੱਗੇ ਜੋ ਗਰਾਊਂਡਸ ਆਫ ਅਰੈਸਟ ਜੋ ਹੈ ਉਹ ਸਾਨੂੰ ਨਹੀਂ ਦਿੱਤੇ ਗਏ। ਟੂ ਬੀ ਓਨੈਸਟ, ਕੋਰਟ ਦੇ ਵਿੱਚ ਅਸੀਂ ਕਾਫੀ ਬਹਿਸ ਕੀਤੀ ਮੇਰੇ ਫਰੈਂਡਸ ਨੇ, ਮੇਰੇ ਸਾਥੀਆਂ ਨੇ, ਲੇਕਿਨ ਸਾਨੂੰ ਕੋਰਟ ਜੋ ਗਰਾਊਂਡਸ ਆਫ ਅਰੈਸਟ ਉਹ ਸਾਨੂੰ ਨਹੀਂ ਫੋਰਵਰਡ ਕੀਤੇ ਗਏ। ਜੋ ਉਹਨਾਂ ਦੀ ਬਹਿਸ ਤੋਂ ਸਾਨੂੰ ਪਤਾ ਚੱਲਿਆ, ਉੱਥੋਂ ਹੀ ਸਾਨੂੰ ਗੈਦਰ ਹੋਇਆ, ਇਹ ਉਹੀ ਕੇਸ ਹੈ 2015 ਵਾਲਾ। ਉਹਦੇ ਵਿੱਚ ਸਾਡੇ ਹਲਕੇ ਦਾ ਇੱਕ ਜੋ ਮੇਰੇ ਕਾਂਗਰਸ ਪਾਰਟੀ ਦਾ ਵਰਕਰ ਸੀ, ਉਹਨਾਂ ਦੇ ਜੋ ਸਟੇਟਮੈਂਟ ਹੈ ਉਹਨਾਂ ਦੇ ਕੇਸ ਤੋਂ ਅੱਗੇ ਇਹ ਕੇਸ ਬਣਿਆ। ਪਰ ED ਦੇ ਜਿਹੜੇ 2021 ਦੇ ਵਿੱਚ ਜੋ ਨਵਾਂ ਮਾਮਲਾ ਬਣੀ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਲੇਕਰ, ਦੇਖੋ ਜੋ ਕਾਨੂੰਨ ਆਪਣਾ ਹੈ ਦੇਸ਼ ਦਾ ਮਨੀ ਲਾਂਡਰਿੰਗ ਸਟੈਂਡਰਡ ਲੋਨ ਅਫੈਂਸ, ਉਹਨਾਂ ਨੂੰ ਇੱਕ ਪ੍ਰੈਡੀਕੇਟਡ ਜਾਂ ਸ਼ਡਿਊਲਡ ਅਫੈਂਸ ਚਾਹੀਦਾ। ਸ਼ਡਿਊਲਡ ਅਫੈਂਸ FIR ਕਨੈਕਸ਼ਨ ਚਾਹੀਦਾ, ਉਹ ਕਨੈਕਸ਼ਨ ਇਹ 2015 ਦਾ ਉਹ ਬੇਬੁਨਿਆਦ ਕੇਸ ਹੈ। ਸਾਡੇ ਕੋਲ ਇਕੱਲੀ ਇਕੱਲੀ ਗੱਲ ਦਾ ਜਵਾਬ ਹੈ। ਇਹਨਾਂ ਨੇ ਹਜੇ ਪੂਰੀਆਂ ਗੱਲਾਂ ਨਹੀਂ ਦੱਸੀਆਂ ਇਸ ਕੋਰਟ ਦੇ ਅੱਗੇ, ਸਾਨੂੰ ਵੀ ਨਹੀਂ ਦੱਸੀਆਂ, ਸਾਨੂੰ ਗਰਾਊਂਡਸ ਆਫ ਅਰੈਸਟ ਵੀ ਨਹੀਂ ਦੱਸੇ। ਪਰ ਸਾਡੇ ਕੋਲ ਇਕੱਲੇ ਜੇ ਤੁਸੀਂ ਮਨੀ ਲਾਂਡਰਿੰਗ ਕਹਿ ਰਹੇ ਹੋ, ਸਾਡੇ ਕੋਲ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਹੈ, ਰੁਪਏ ਦਾ ਪੈਸੇ ਦਾ ਹਿਸਾਬ ਹੈ। ਮੇਰੇ ਫਾਦਰ ਨੇ ਲੜਾਈ ਲੜੀ ਹੈ ਲੋਕਾਂ ਵਾਸਤੇ, ਵਿਸਲ ਬਲੋਅਰ ਹੈ। ਅਸੀਂ ਜੇ ਕਿਸੇ ਚੋਰ ਕੋਈ ਠੱਗ ਜਾਂ ਪੈਸਾ ਇਕੱਠਾ ਕਰਨਾ ਹੁੰਦਾ, ਮੇਰੀ ਫੈਮਿਲੀ 50 ਸਾਲਾਂ ਵਾਸਤੇ ਪਬਲਿਕ ਲਾਈਫ 'ਚ ਨਾ ਰਹਿ ਪੈਂਦੀ।
और इस तो इंपोर्टेंट गल सब तो कि अज ईडी और जो अपनी देश की सरकार है जेडे भी उत्ते बैठे वो अज सुप्रीम कोर्ट की उत्तों लंघ के जा चुके सुप्रीम कोर्ट की ऑर्डर की उलंघना कर रहे कंटेंप्ट कर रहे हैं। इसी केस में तुम्हें याद होगा 2017 में सुप्रीम कोर्ट ने सारा प्रोसीडिंग्स बिफोर द कोर्ट स्टे ला दी है। हुण किदां ए ईडी इस गल नूं सुप्रीम कोर्ट विच असीं सुप्रीम कोर्ट तक जावांगे असीं कोर्टां च जिथे भी लड़ाई लड़दी है मैं आप लड़ूंगा मेरे दोस्त मेरे साथी साढ़े नाल है। सो तुसीं सारे महताब जी पार्टी वल्लों कांग्रेस पार्टी वल्लों तुहानूं कोई सपोर्ट मिल रही है इस नूं लैके? मैं अज टू बी ऑनेस्ट मैं हजे तक टीवी नहीं देख पाया क्योंकि 3 बजे दा सानूं जो इंटीमेशन मिली असीं इत्थे आ गए सी नाल दी नाल। खबरां जिद्दां आ रहियां ने कि चन्नी साहब ने भी कुछ दित्ता देखो गल ये नहीं है कि अज कांग्रेस का या कोई बंदा साथ दे ये जो अज जो साडे नाल होया ये तुहाडे घर भी आ सकते हैं। अज जो तुसी असी अपने हक की आवाज़ या अपने हक वास्ते गल करांगे अपने सूबे वास्ते अपने लोगों वास्ते जे गल करांगे तो साडे सानू अपने घर चो चक के लेके जा सकते। डर सिर्फ सानू नहीं होना चाहिए डर सानू तुहानू सारयां नू होना चाहिए साढ़े नाल इदा करेंगे कल तुहानू भी आके लेके जावांगे। अच्छा सो कांग्रेस तो उपर उठ के अकाली बीजेपी जेडे भी चंगे बंदे ने उन्होंने साथ देना चाहिए और जो दे रहे हैं असं उन्होंने धन्यवाद। महताब जी लखा कहता कि तुम अज सुखपाल खहरा का साथ दियो जे पंजाबी हो तुम इस किस तरह वेखते? मैं धन्यवाद करदा जी लखा मेरे वड्डे बाई का उन्होंने बड़ी अच्छी गल की है। देखो पोलीटल पार्टी तो उपर उठ के जी कोई गल होंगी है एक सोच होंगी है जे आप सोच ही एक सच की लड़ाई या एक साफ सोच न ही छड़ देंगे वह साथ ना देवे फिर तो फिर जिदा मैं क्या फिर तो अपने घर आके तो चक के लेके जाया करेंगे और आप इदा बेबस होकर बैठे हाथ से हाथ धरे बैठे रह जाएंगे लेकिन असी नहीं इदा के बैठने वाले असी तो लड़ाई लड़ांगे। मेरे फादर अज भी बड़े अच्छे स्पिरिट में से पॉजिटिव से असं इदा ही रहेंगे। तो हम कितने लैके गए ने जी अज हूँ सिर्फ कल सवेरे तक दस दे कि सुखपाल खहरा नूं ईडी ने मनी लॉन्डरिंग मामले च गिरफ्तार किया। इस तो पहला भी खहरा की चंडीगढ़ रिहायश से ईडी ने छापेमारी की। चंडीगढ़ तो दर्शन सिंह खोखर की रिपोर्ट D5 चैनल पंजाबी हुणे सबसक्राइब करो बैल आइकन पे क्लिक करो। बाणी गुरु गुरु है बाणी विच बाणी अमृत सारे ज्ञानी साहब सिंह जी शाहबाद मारकंडा वाले नाल करो सीधी गलबात ते जाणो गुरबाणी दे अर्थ। रोजाना पाठ करन वाले ए प्रोग्राम जरूर देखण ते गुरु साहब दीआं असीसां दे पात्र बणन। देखना ना भुलना साडा खास प्रोग्राम गुरबाणी ज्ञान एतवार सवेरे 7 to 8 PM तक D5 चैनल पंजाबी ते। की हुंदी है जमाबंदी किवें बनदी है वसीयत जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार.com कानून जायदाद दा।